ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰੋ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰਨਾ ਬਿਲਕੁਲ ਨਹੀਂ ਭੁੱਲਣਾ ਤੁਸੀਂ ਦੇਖ ਰਹੇ ਹੋ ਆਪਣਾ ਫਤੂਰੋ ਇੰਟਰਨੈਸ਼ਨਲ ਹੁਣ ਦੇਖਦੇ ਹਾਂ ਜੀ 1 ਯੂਰੋ ਦਾ ਰੇਟ ਜਿਹੜਾ ਕੀ ਹੁਣ ਅੱਗੇ ਨਾਲੋਂ ਘਟਣਾ ਸ਼ੁਰੂ ਹੋ ਚੁੱਕਾ ਹੈ ਅੱਜ ਦਾ ਜਿਹੜਾ ਯੂਰੋ ਦਾ ਰੇਟ ਹੈ ਤਕਰੀਬਨ 92 ਰੁਪਏ 98 ਪੈਸੇ ਤੇ ਚੱਲ ਰਿਹਾ ਹੈ ਕੁਝ ਦਿਨ ਪਹਿਲਾਂ ਜਿਹੜਾ 93 ਤੋਂ ਉੱਪਰ ਚੱਲ ਰਿਹਾ ਸੀ ਇੰਗਲੈਂਡ ਦਾ 1 ਪਾਉਂਡ ਵੀ ਘਟ ਕੇ 110 ਦਵਾਈ ਦਾ ਦਰਾਮ ਵੀ ਘਟਿਆ ਹੈ 22 ਰੁਪਏ 84 ਪੈਸੇ ਤੇ ਨਿਊਜ਼ੀਲੈਂਡ ਦਾ ਡਾਲਰ ਵੀ 59 ਰੁਪਏ 55 ਪੈਸੇ ਤੇ ਇਸ ਤੋਂ ਇਲਾਵਾ ਆਸਟ੍ਰੇਲੀਅਨ ਡਾਲਰ 557 ਰੁਪਏ 8 ਪੈਸੇ ਕੈਨੇਡਾ ਡਾਲਰ ਵੀ ਜਿਹੜਾ ਹੈ ਜੀ 62 ਰੁਪਏ 30 ਪੈਸੇ ਤੇ ਲਾਸਟ ਵਿੱਚ ਅਮਰੀਕਨ ਡਾਲਰ 83 ਰੁਪਏ 88 ਪੈਸੇ ਦੇ ਉੱਤੇ ਚੱਲ ਰਿਹਾ ਹੈ ਬਾਕੀ ਅਗਲੀਆਂ ਖਬਰਾਂ ਦੇ ਉੱਤੇ ਜਾਣ ਤੋਂ ਪਹਿਲਾਂ ਜਿਹੜੀ ਇੱਕ ਬਹੁਤ ਜਿਹੜੀ ਪੰਜਾਬੀਆਂ ਦੇ ਨਾਲ ਜਰੂਰੀ ਸਬੰਧਤ ਖਬਰ ਹੈ ਉਹਦੀ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਜਿਹੜਾ ਇੱਕ ਨਵਾਂ ਨਿਯਮ ਲਾਗੂ ਹੋ ਚੁੱਕਾ ਹੈ ਪਹਿਲਾਂ ਲੋਕ ਕੀ ਕਰਦੇ ਸਨ ਕਿ ਕੈਨੇਡਾ ਦੇ ਵਿੱਚ ਤੇ ਉੱਥੇ ਜਾ ਕੇ ਕੁਝ ਡਾਲਰ ਖਰਚ ਕੇ ਜਿਹੜਾ ਇੱਕ ਪਰਮਟ ਹਾਸਲ ਕੀਤਾ ਜਾਂਦਾ ਸੀ ਜਿਹਦੇ ਬੇਸ ਤੇ ਉੱਤੇ ਫਿਰ ਲੋਕ ਜਿਹੜੇ ਸਨ ਉੱਥੇ ਕੰਮ ਕਰਦੇ ਸਨ ਹੁਣ ਜਿਹੜਾ ਕੈਨੇਡਾ ਹੈ ਜੀ ਉਹਨੇ ਜਿਹੜਾ ਏ ਇਮੀਗ੍ਰੇਸ਼ਨ ਦਾ ਨਿਯਮ ਹੈ ਜੀ ਇਹਨੂੰ ਇੱਕ ਕਿਸਮ ਦਾ ਖਤਮ ਹੀ ਕਰ ਦਿੱਤਾ ਹੈ ਤੇ ਨਵਾਂ ਨਿਯਮ ਜਿਹੜਾ ਹੈ ਉਹ ਲਾਗੂ ਕਰ ਦਿੱਤਾ ਹੈ ਨਵੇਂ ਨਿਯਮ ਵਿੱਚ ਇਸ ਤਰ੍ਹਾਂ ਹੈ ਕੋਈ ਵੀ ਟੈਂਪਰੇਰੀ ਬੰਦਾ ਆਰਜੀ ਨਿਵਾਸੀ ਜਿਹੜਾ ਹੈ ਜੀ ਹੁਣ ਉਹ ਕੈਨੇਡਾ ਦੇ ਵਿੱਚ ਵਰਕ ਪਰਮਟ ਦੇ ਵਾਸਤੇ ਜਿਹੜਾ ਅਪਲਾਈ ਨਹੀਂ ਕਰ ਸਕਦਾ ਉਸ ਬੰਦੇ ਨੂੰ ਜਿਹੜੀ ਇਹ ਯਾਜਤ ਨਹੀਂ ਹੋਵੇਗੀ ਇਹ ਜਿਹੜਾ ਨਿਯਮ ਸੀ ਜੀ ਪੁਰਾਣਾ ਨਿਯਮ ਅਗਸਤ 2020 ਦੇ ਵਿੱਚ ਕੈਨੇਡਾ ਦੇ ਵਿੱਚ ਇਹ ਲਾਗੂ ਕੀਤਾ ਗਿਆ ਸੀ ਇਹਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਲੋਕ ਇੱਥੇ ਟੂਰਿਸਟ ਆਉਂਦੇ ਹਨ ਉਹਨਾਂ ਦੇ ਵਾਸਤੇ ਇਹ ਕਾਇਮ ਕੀਤਾ ਗਿਆ ਸੀ ਕਿ ਉਹ ਲੋਕ ਜਿਹੜੇ ਹਨ ਜੀ ਇੱਥੇ ਵਰਕ ਪਰਮਿਟ ਲੈ ਸਕਦੇ ਨੇ ਮਤਲਬ ਕਿ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਹਨ ਤੇ ਇਹਦੇ ਵਿੱਚ ਇੱਕ ਇਹ ਵੀ ਸਹੂਲਤ ਦਿੱਤੀ ਗਈ ਸੀ ਕੈਨੇਡਾ ਦੇ ਵਿੱਚ ਅਗਰ ਕੋਈ ਬੰਦਾ ਟੂਰਿਸਟ ਜਾਂਦਾ ਸੀ ਤੇ ਬਿਨਾਂ ਕੈਨੇਡਾ ਨੂੰ ਛੱਡੇ ਤੁਝਾਂ ਬਿਨਾਂ ਉੱਥੋਂ ਵਾਪਸ ਆਏ ਉਹ ਜਿਹੜਾ ਵਰਕ ਪਰਮਿਟ ਲੈ ਸਕਦਾ ਸੀ ਇਸ ਤੋਂ ਲਾਭਤ ਨੂੰ ਵੀ ਦੱਸ ਜੀ ਕਿ ਕੈਨੇਡਾ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਲੋਕ ਜਿਹੜੇ ਹਨ ਜਿਹੜੇ ਸਟੂਡੈਂਟ ਹਨ ਇਹਨਾਂ ਨੇ ਜਿਹੜਾ ਫੈਡਰਲ ਨੀਤੀ ਜਿਹੜੀ ਉੱਥੋਂ ਦੀ ਹੈ ਜੀ ਉਹਦੇ ਖਿਲਾਫ ਜਿਹੜਾ ਹੈ ਪ੍ਰਦਰਸ਼ਨ ਕੀਤਾ ਹੈ ਕਾਰਨ ਇਹਦੇ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਪੜ੍ਹ ਰਹੇ ਜਿਹੜੇ ਵਿਦੇਸ਼ੀ ਸਟੂਡੈਂਟ ਹਨ ਇਹਨਾਂ ਨੂੰ ਦੇਸ਼ ਨਿਕਾਲੇ ਦਾ ਖਤਰਾ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਅਸਰ ਹੈ ਜੂ ਇੰਡੀਅਨ ਸਟੂਡੈਂਟ ਦੇ ਉੱਤੇ ਹੀ ਪਵੇਗਾ ਕਿਉਂਕਿ ਇਹਨਾਂ ਦੀ ਜਿਹੜੀ ਗਿਣਤੀ ਜ਼ਿਆਦਾ ਹੈ ਹੁਣ ਚੱਲਦੇ ਹਾਂ ਜੀ ਨੈਕਸਟ ਅਪਡੇਟ ਦੇ ਉੱਤੇ ਨੈਕਸਟ ਅਪਡੇਟ ਜਿਹੜਾ ਹੈ ਜੀ ਆਪਣਾ ਲਕਸਮਬਰਗ ਦੇ ਨਾਲ ਸੰਬੰਧਿਤ ਹੈ ਜਿਹੜਾ ਇੱਕ ਇੱਕ ਯੂਰਪੀ ਦੇਸ਼ ਹੈ ਛੋਟਾ ਜਿਹਾ ਦੇਸ਼ ਹੈ ਤੇ ਯੂਰਪ ਦਾ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਜ਼ਿਆਦਾ ਜਿਹੜਾ ਅਮੀਰ ਦੇਸ਼ ਹੈ ਜੇ ਆਪਾਂ ਜਰਮਨ ਵੀ ਦੇ ਮੁਕਾਬਲੇ ਦੇਖੀ ਤਾਂ ਜਰਮਨ ਦੇ ਨਾਲੋਂ ਵੀ ਜਿਹੜੇ ਲਕਸਮਬਰਗ ਦੇ ਵਿੱਚ ਲੋਕ ਹਨ ਜੀ ਜ਼ਿਆਦਾ ਪੈਸੇ ਕਮਾ ਰਹੇ ਹਨ ਹੁਣ ਇਸ ਦੇਸ਼ ਦੇ ਪਰੋਂ ਜਿਹੜੀ ਇੱਕ ਸਕੀਮ ਕੱਢੀ ਗਈ ਹੈ ਵਰਕ ਵੀਜ਼ਾ ਐਪਲੀਕੇਸ਼ਨ ਸਕੀਮ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਫੈਮਿਲੀ ਵੀਜ਼ਾ ਵੀ ਇਹਦੇ ਵਿੱਚ ਪੋਸੀਬਲ ਹੈ ਮਤਲਬ ਕਿ ਉਹ ਬੰਦਾ ਆਪ ਤਾਂ ਇੱ ਤੇ ਬੋਤ ਜਿਹੜੀ ਸੈਲਰੀ ਹੈ ਜੀ ਉਸ ਨੂੰ ਉਹ ਵੀ ਮਿਲੇਗੀ ਤੇ ਨਾਲ ਹੀ ਜਿਹੜੇ ਉਸ ਦੇ ਪਰਿਵਾਰ ਦੇ ਮੈਂਬਰ ਹਨ ਉਹਨਾਂ ਨੂੰ ਵੀ ਇੱਥੇ ਜਿਹੜਾ ਹੈ ਸੱਦਿਆ ਜਾ ਸਕਦਾ ਹੈ ਫੈਮਿਲੀ ਬੇਸ ਦੇ ਉੱਪਰ ਹੁਣ ਇਹਦੇ ਵਿੱਚ ਕੁਝ categories ਹਨ ਜਿੱਦਾਂ ਕਿ ਸੈਲਰੀਡ ਵਰਕਰ ਵੀਜ਼ਾ ਹੈ ਜਿਹੜਾ ਕਿ ਤਨਖਾਹ ਵਾਲ ਵਰਕਰ ਵੀਜ਼ਾ ਹੈ ਦੂਜੇ ਨੰਬਰ ਦੇ ਉੱਤੇ ਜਿਹੜਾ ਹੈ ਜੀ ਹਾਈਲੀ ਕੁਆਲੀਫਾਈਡ ਵਰਕਰ ਵੀਜ਼ਾ ਹੈ ਜਿਹਨੂੰ ਆਪਾਂ EU ਬਲੂ ਕਾਰਡ ਵੀ ਕਹਿੰਦੇ ਹਾਂ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੀਸਰਾ ਹੈ ਜੀ ਇੰਟਰ ਕਾਰਪੋਰੇਟ ਟ੍ਰਾਂਸਫਰ ਵੀਜ਼ਾ ਜਿਹਨੂੰ ICT ਕਿਹਾ ਜਾਂਦਾ ਚੌਥਾ ਹੈ ਰਿਸਰਚਰ ਵੀਜ਼ਾ ਪੰਜਵਾਂ ਹੈ ਸੈਲਫ এমਪਲoyed ਵਰਕਰ ਵੀਜ਼ਾ ਹੁਣ ਜਿਹਨਾਂ ਲੋਕਾਂ ਦੇ ਕੋਲ 4 ਪੈਸੇ ਹਨ ਜਿਹੜੀ ਲੋਕ ਉੱਥੇ ਜਾ ਕੇ ਆਪਣਾ ਕੋਈ ਨਾ ਕੋਈ ਪੈਸਾ ਇਨਵੈਸਟ ਕਰ ਸਕਦੇ ਨੇ ਕੋਈ ਕੰਮ ਖੋਲ ਸਕਦੇ ਨੇ ਆਪਣਾ ਜਿਹੜਾ ਬਿਜ਼ਨਸ ਜਾਂ ਕੋਈ ਵਰਕ ਉੱਥੇ ਕਰ ਸਕਦੇ ਨੇ ਉਹਨਾਂ ਦੇ ਵਾਸਤੇ ਜਿਹੜਾ ਇੱਕ ਵਧੀਆ ਮੌਕਾ ਹੈ ਲਕਸਮਬਰਗ ਦੇ ਵਿੱਚੋਂ ਜਾ ਕੇ ਜਿਹੜਾ ਹੈ ਜੀ ਆਪਣਾ ਕਾਰੋਬਾਰ ਖੋਲ ਸਕਦੇ ਨੇ ਤੇ ਵਾਸਤੇ ਜਿਹੜੇ ਉਹਨਾਂ ਨੂੰ ਰਿਸੋਰਸਿਜ਼ ਦਿਖਾਉਣੇ ਪੈਣਗੇ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਸਥਿਤੀ ਹੈ ਜੀ ਉਹ ਗਵਰਨਮੈਂਟ ਨੂੰ ਦਿਖਾਉਣੀ ਪਵੇਗੀ ਤੇ ਨਾਲ ਹੀ ਜਿਹੜਾ ਉਹਨਾਂ ਦਾ ਬਿਜ਼ਨਸ ਪਲਾਨ ਹੈ ਇਹ ਵੀ ਉਹਨਾਂ ਨੂੰ ਸ਼ੋਅ ਕਰਨਾ ਪਵੇਗਾ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜ ਉਦੇ ਬਾਰੇ ਕਿਉਂਕਿ ਇਹਦੇ ਬਾਰੇ ਬਹੁਤ ਸਾਰੇ ਲੋਕਾਂ ਦੇ ਸਵਾਲ ਅੱਗੇ ਵੀ ਆਉਂਦੇ ਹਨ ਕਿ ਇਹਦੇ ਬਾਬਤ ਥੋੜੀ ਜਿਹੀ ਜਾਣਕਾਰੀ ਦਿੱਤੀ ਜਾਵੇ ਉਹ ਬੰਦੇ ਜਿਨ੍ਹਾਂ ਦੇ ਕੋਲ ਹਾਇਰ ਐਜੂਕੇਸ਼ਨ ਦੀ ਡਿਗਰੀ ਹੈ ਜਾਂ ਕੋਈ ਪ੍ਰੋਫੈਸ਼ਨਲ ਡਿਗਰੀ ਹੈ ਜਾਂ ਕੋਈ ਐਕਸਪੀਰੀਅੰਸ ਹੈ ਤੇ ਜਿਨ੍ਹਾਂ ਨੇ ਇੱਥੇ ਲਕਸਮਬਰਗ ਦੇ ਵਿੱਚ ਅਪਲਾਈ ਕੀਤਾ ਸੀ ਉਹਨਾਂ ਦੇ ਕੋਲ ਜੌਬ ਆਫਰ ਹੈ ਤੇ ਹਾਈ ਸੈਲਰੀ ਜਿਹੜੀ ਲਕਸਮਬਰਗ ਦੇ ਵਿੱਚ ਉਹਨਾਂ ਨੂੰ ਮਿਲੇਗੀ ਇਹਦੇ ਵਿੱਚ ਇਸ ਤਰ੍ਹਾਂ ਇੱਕ ਜਿਹੜਾ ਬੰਦਾ ਉੱਥੇ ਇਸ ਵੀਜ਼ੇ ਦੇ ਦੀਨ ਸੈਟਲ ਹੁੰਦਾ ਹੈ ਈਯੂ ਬਲੂ ਕਾਰਡ ਦੇ ਦੀਨ ਉਹਨਾਂ ਦਾ ਜਿਹੜਾ ਹੈ ਜਿਵੇਂ ਬੜੇ ਸੌਖੇ ਤਰੀਕੇ ਦੇ ਨਾਲ ਜਿਹੜਾ ਹੈ ਆਪਣੇ ਫੈਮਿਲੀ ਮੈਂਬਰਾਂ ਨੂੰ ਵੀ ਉੱਥੇ ਸੱਤ ਸਕਦਾ ਹੈ। ਬਾਕੀ ਚਲਦੇ ਹਾਂ ਜੀ ਨੈਕਸਟ ਅਪਡੇਟ ਦੇ ਉੱਤੇ ਨਾਮ ਤੁਸੀਂ ਸੁਣਿਆ ਹੋਵੇਗਾ 스위스ਜ਼ਰਲੈਂਡ ਹੁਣ ਜਿਹਨਾਂ ਲੋਕਾਂ ਨੇ ਜਿਹੜੀ ਹਾਇਰ ਸਟੱਡੀ ਕੀਤੀ ਜਿੱਦਾਂ ਕਿ ਕੋਈ ਇੰਜੀਨੀਅਰ ਵਗੈਰਾ ਹੈ ਤੇ ਜਿਹੜੀ ਉਹਨਾਂ ਦੀ ਸੈਲਰੀ ਹੈ ਜੀ 스위스ਜ਼ਰਲੈਂਡ ਦੇ ਵਿੱਚ ਅਗਰ ਉਹ ਕੰਮ ਕਰਦੇ ਆਂ ਤੇ ਤੁਹਾਨੂੰ ਇੱਥੇ ਦੱਸ ਰਹੇ ਹਾਂ ਕਿ ਜਿਹੜਾ ਸਟਪੈਂਡੀਅਮ ਮਿੱਥਿਉ ਹੈ ਜੀ ਕਿੰਨਾ ਉੱਥੇ ਹੋ ਸਕਦਾ ਹੈ ਯੂਰੋ ਦੇ ਵਿੱਚ ਆਪਾਂ ਗੱਲ ਕਰਾਂਗੇ 1 ਲੱਖ 5000 ਯੂਰੋ ਜਿਹੜਾ ਹੈ ਜੀ ਇੱਕ ਸਾਲ ਦੇ ਵਿੱਚ ਜਿਹੜੀ ਮੈਕਸਿਮਮ ਸੋਲਦੀ ਹੈ ਜੀ ਜਾਂ ਸਤ ਪੈਂਦੀ ਹੋਏ ਇੱਕ ਇੰਜੀਨੀਅਰ ਦੇ ਵਾਸਤੇ ਉਹ ਦੱਸਿਆ ਗਿਆ ਹੈ ਕਿ ਤਕਰੀਬਨ 1,57,000 ਯੂਰੋ ਜਿਹੜਾ ਹੈ ਜੀ ਮੈਕਸਿਮਮ ਇੱਕ ਜਿਹੜਾ ਇੰਜੀਨੀਅਰ ਇੰਨਾ ਇੱਕ ਸਾਲ ਦੇ ਵਿੱਚ ਕਮਾ ਸਕਦਾ ਹੈ ਮਤਲਬ ਕਿ ਇੱਕ ਇੰਜੀਨੀਅਰ ਜਿਹੜਾ ਹੈ ਜੇ ਆਪਾਂ ਮੀਡੀਅਮ ਵੀ ਸੈਦਰੀ ਉਸ ਦੀ ਦੇਖੀ ਤਾਂ ਤਕਰੀਬਨ 5.5 ਲੱਖ ਯੂਰੋ ਜਿਹੜਾ ਹੈ ਜੀ ਇੱਕ ਮਹੀਨੇ ਦੇ ਵਿੱਚ ਉਹਤੇ ਕਮਾ ਸਕਦਾ ਹੈ ਅਗਲੀ ਖਬਰ ਜਿਹੜੀ ਹੈ ਜੀ ਇੱਕ ਬੈਡ ਨਿਊਜ਼ ਹੈ ਦੋ ਫੁੱਟਬਾਲ ਦੇ ਜਿਹੜੇ ਖਿਡਾਰੀ ਹਨ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਤੇ 10 ਜਿਹੜੇ ਜ਼ਖਮੀ ਹੋਏ ਹਨ ਹੋਇਆ ਇਸ ਤਰ੍ਹਾਂ ਹੈ ਕਿ ਇਹਨਾਂ ਦੇ ਉੱਤੇ ਜਿਹੜੀ ਅਸਮਾਨੀ ਬਿਜਲੀ ਡਿੱਗੀ ਹੈ ਇਹ ਜਿਹੜੀ ਘਟਨਾ ਇੰਡੀਆ ਦੇ ਵਿੱਚ ਹੋਈ ਹੈ ਤੇ ਦੋ ਜਿਹੜੇ ਫੁੱਟਬਾਲ ਦੇ ਖਿਡਾਰੀ ਦਾ ਨਾਮ ਸੀ ਦੀਪਕ ਕੁਮਾਰ 24 ਸਾਲ ਤੇ ਵਿਰਿੰਦਰ ਗੰਜੂ ਜਿਸ ਦੀ ਉਮਰ 25 ਸਾਲ ਦੱਸੀ ਗਈ ਹੈ ਇਹ ਜਿਹੜੀ ਘਟਨਾ ਇੰਡੀਆ ਦੇ ਵਿੱਚ ਹੋਈ ਹੈ ਜੀ ਛਾਰਖੰਡ ਸਥਿਤ ਪੈਂਦੀ ਹੈ ਜ਼ਿਲ੍ਹਾ ਪੈਂਦਾ ਹੈ ਲਾਤੇ ਹਰ ਜ਼ਿਲ੍ਹਾ ਇੱਥੇ ਇਹ ਜਿਹੜੀ ਘਟਨਾ ਹੋਈ ਹੈ ਹੁਣ ਗੱਲ ਕਰਦੇ ਹਾਂ ਜੀ 10 ਲੇਡੀਜ਼ ਜਿਹੜੀਆਂ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਹੜਾ ਆਪ ਬਣਾਇਆ ਹੈ ਇੰਡੀਆ ਦੀਆਂ 10 ਚੋਟੀ ਦੀਆਂ ਜਿਹੜੀਆਂ 10 ਔਰਤਾਂ ਹਨ ਇਹਦੇ ਵਿੱਚ ਇੱਕ ਛੇਵਾਂ ਸਥਾਨ ਇੱਕ ਔਰਤ ਨੂੰ ਮਿਲਿਆ ਹੈ ਜਿਸ ਦਾ ਨਾਮ ਹੈ ਜਯੂਹੀ ਚਾਵਲਾ ਹੁਣ ਜਯੂਹੀ ਚਾਵਲਾ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਹੜੀ ਕਿ ਫਿਲਮਾਂ ਦੇ ਵਿੱਚ ਇਸ ਨੇ ਕਿਹੜਾ ਕੰਮ ਵੀ ਕੀਤਾ ਹੈ ਤੇ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਹਨ ਤੁਸੀਂ ਵੀ ਸ਼ਾਇਦ ਇਹਨਾਂ ਦੀਆਂ ਦੇਖੀਆਂ ਹੋਣਗੀਆਂ ਹੁਣ ਇਹ 10 ਜਿਹੜੀਆਂ ਔਰਤਾਂ ਹਨ ਜੀ ਸਵੈ ਨਿਰਮਿਤ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਇਹਨਾਂ ਦੇ ਵਿੱਚ ਛੇਵਾਂ ਸਥਾਨ ਹਾਸਲ ਇਸ ਤਰ੍ਹਾਂ ਹੋਇਆ ਹੈ ਕਿ ਕਿ ਜੁਹੀ ਚਾਵਲਾ ਨੇ ਇੱਕ ਦਾਵਾ ਕੀਤਾ ਸੀ ਕਿ ਇਹਨਾਂ ਦੇ ਕੋਲ ਜਿਹੜੀ 4600 ਕਰੋੜ ਦੀ ਆਪਣੀ ਦਾਇਜਾਦ ਹੈ ਜਿਹੜੀ ਕਿ ਇਹਨਾਂ ਨੇ ਆਪਣੇ ਦਮ ਦੇ ਉੱਤੇ ਬਣਾਈ ਹੈ ਇੱਥੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜੁਹੀ ਚਾਵਲਾ ਨੂੰ ਛੇਵਾ ਨੰਬਰ ਮਿਲਿਆ ਹੈ 4600 ਕਰੋੜ ਦੀ ਜਾਇਦਾਦ ਦੇ ਨਾਲ ਤੇ ਜਿਹੜਾ ਪਹਿਲਾ ਨੰਬਰ ਮਿਲਿਆ ਹੈ ਜਿਸ ਔਰਤ ਨੂੰ ਉਸ ਦਾ ਨਾਮ ਹੈ ਜੀ ਰਾਧਾ ਵੇਂਬੂ ਇਸ ਲੇਡੀਜ਼ ਦੇ ਕੋਲ 47500 ਕਰੋੜ ਰੁਪਏ ਦੀ ਆਪਣੀ ਜਿਹੜੀ ਜਾਇਦਾਦ ਹੈ ਜੀ ਜਿਹੜੀ ਉਸ ਨੇ ਆਪ ਬਣਾਈ ਹੈ ਅਗਲੀ ਖਬਰ ਜਿਹੜੀ ਹੈ ਜੀ ਪੰਜਾਬ ਦੇ ਨਾਲ ਸੰਬੰਧਿਤ ਬਹੁਤ ਜਿਆਦਾ ਵੈਟ ਨਿਊਜ਼ ਹੈ ਹੋਇਆ ਇਸ ਤਰ੍ਹਾਂ ਕਿ ਪਟਿਆਲਾ ਦਾ ਜਿਹੜਾ ਨਾਬਾ ਰੋਡ ਇਹਦੇ ਲੱਗ ਜਿਹੜੀ ਪਖੜਾ ਨਹਿਰ ਪੈਂਦੀ ਹੈ ਇਹਦੇ ਵਿੱਚ 11 ਵਜੇ ਦੇ ਕਰੀਬ ਦੱਸਿਆ ਗਿਆ ਕਿ ਤਿੰਨ ਭਰਾਵਾਂ ਦੀ ਇੱਕ ਇਕਲੋਤੀ ਭੈਣ ਸੀ ਜਿਸ ਨੇ ਕੀ ਪਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਨੂੰ ਬਚਾਉਣ ਦੇ ਵਾਸਤੇ ਜਿਹੜੇ ਉਸਦੇ ਤਿੰਨ ਭਰਾ ਸਨ ਉਹਨਾਂ ਨੇ ਵੀ ਪਖੜਾ ਨਹਿਰ ਦੇ ਵਿੱਚ ਛਾਲਾ ਮਾਰ ਦਿੱਤੀਆਂ ਹੁਣ ਇਸ ਘਟਨਾ ਦੇ ਵਿੱਚ ਦੱਸਿਆ ਗਿਆ ਕਿ ਇਸ ਇਕਲੋਤੀ ਜਿਹੜੀ ਇਹਨਾਂ ਦੀ ਭੈਣ ਸੀ ਇਸ ਦੀ ਵੀ ਡੈਥ ਹੋ ਜਾਂਦੀ ਹੈ ਤੇ ਇੱਕ ਭਰਾ ਦੀ ਵੀ ਡੈਥ ਹੋ ਜਾਂਦੀ ਹੈ ਬਾਕੀ ਜਿਹੜੇ ਦੋ ਇਸਦੇ ਹੋਰ ਬ੍ਰਦਰਸ ਸਨ ਉਹਨਾਂ ਨੂੰ ਲੋਕਾਂ ਦੇ ਵੱਲੋਂ ਜਿਹੜਾ ਬਚਾਇਆ ਗਿਆ ਹੈ ਇਸ ਘਟਨਾ ਜਿਹੜਾ ਕਾਰਨ ਜਹੀ ਦੱਸਿਆ ਗਿਆ ਕਿ ਘਰ ਦੇ ਵਿੱਚ ਕੁਝ ਮਾਮੂਲੀ ਜਿਹੜੀ ਤਕਰਾਰ ਹੋਈ ਸੀ ਜੇਦੀ ਵਜ੍ਹਾ ਦੇ ਨਾਲ ਜਿਹੜੀ ਇਹਨਾਂ ਦੀ ਭੈਣ ਸੀ ਉਹ ਰਸਕੇ ਪਾਖੜ ਨਹਿਰ ਵੱਲੋਂ ਚੱਲ ਪੈਂਦੀ ਤੇ ਭਰਾ ਜਿਹੜੇ ਹਨ ਜੀ ਉਸ ਦੇ ਪਿੱਛੇ-ਪਿੱਛੇ ਚੱਲਦੇ ਹਨ ਜਦੋਂ ਭੈਣ ਨੇ ਦੇਖਿਆ ਕਿ ਭਰਾ ਜਿਹੜੇ ਕੋਲ ਆ ਚੁੱਕੇ ਹਨ ਤਾਂ ਉਸ ਨੇ ਜਿਹੜੀ ਪਾਖੜ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੁਣ ਚੱਲਦੇ ਹਾਂ ਜੀ ਨੈਕਸਟ ਖ਼ਬਰ ਦੇ ਉੱਤੇ ਤੁਰਕੀ ਦੇ ਨਾਲ ਜਿਹੜੀ ਸਬੰਧਤ ਖ਼ਬਰ ਹੈ ਤੁਰਕੀ ਦਾ ਜਿਹੜਾ ਇਲਾਕਾ ਪੈਂਦਾ ਜੀ ਇੰਸਤਬੁਲ ਇਹਦੇ ਵਿੱਚ ਦੋ ਮੈਟਰੋ ਬੱਸਾਂ ਇਹਨਾਂ ਦੀ ਜਿਹੜੀ ਆਸਤੇ ਵਿੱਚ ਸਿੱਧੀ ਟੱਕਰ ਹੁੰਦੀ ਹੈ ਜਿਦੋਂ ਕੀ ਇਹਦੇ ਵਿੱਚ ਦੱਸਿਆ ਗਿਆ ਕਿ ਇੱਕ ਬੰਦੇ ਦੀ ਜਿਹੜੀ ਡੈਥ ਹੋ ਜਾਂਦੀ ਹੈ ਤੇ 38 ਲੋਕ ਜਿਹੜੇ ਇਹਦੇ ਵਿੱਚ ਜ਼ਖਮੀ ਹੁੰਦੇ ਹਨ ਹੋਇਆ ਇਸ ਤਰ੍ਹਾਂ ਕਿ ਇਸ ਇਲਾਕੇ ਵਿੱਚ ਇੱਕ ਜਿਹੜੀ ਸੜਕ ਸੀ ਉਸ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਤੇ ਉਹਨਾਂ ਨੇ ਜਿਹੜਾ ਬੋਰਡ ਲਾਇਆ ਹੋਇਆ ਸੀ ਜਦੋਂ ਇੱਕ ਬੱਸ ਦਾ ਡਰਾਈਵਰ ਜਿਹੜਾ ਮੈਟਰੋ ਬੱਸ ਦਾ ਡਰਾਈਵਰ ਸੀ ਉਹ ਜਦੋਂ ਇਸ ਜਗ੍ਹਾ ਦੇ ਵਿੱਚੋਂ ਦੀ ਐਂਟਰੀ ਕਰਨ ਲੱਗਾ ਤੇ ਜਿਹੜਾ ਨਿਸ਼ਾਨ ਲੱਗ ਹੋਇਆ ਸੀ ਉਸ ਜਗ੍ਹਾ ਦੇ ਉੱਤੇ ਜਿਹੜਾ ਉਸਨੇ ਉਸ ਦੇ ਵੱਲ ਧਿਆਨ ਨਹੀਂ ਦਿੱਤਾ ਉਹ ਗਲਤ ਲਾਈਨ ਦੇ ਵਿੱਚ ਜਿਹੜਾ ਐਂਟਰੀ ਕਰ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਸਾਹਮਣੇ ਤੋਂ ਬੱਸ ਆ ਰਹੀ ਸੀ ਉਹਦੇ ਨਾਲ ਜਿਹੜੀ ਇਸ ਦੀ ਟੱਕਰ ਹੁੰਦੀ ਹੈ ਅੱਗੇ ਮਨੋਜ ਕੁਮਾਰ ਜੀ ਪੁੱਛ ਰਹੇ ਹਨ ਕਿ ਜਿਹੜੀ ਇਹਨਾਂ ਦੀ ਸੈਲਰੀ ਹੈ ਜੀ 700 ਦੇ ਆਸ-ਪਾਸ ਹੈ ਤੇ ਜਿਹੜੀ ਕੋਦ ਦੀ ਨਾਲ ਕਿੰਨੀ ਬਣੇਗੀ ਜਿਹੜੀ ਇਹਨਾਂ ਦੀ ਕੋਦ ਹੈ ਜੀ ਤਕਰੀਬ ਆਪਾਂ ਕਹਿ ਸਕਦੇ ਹਾਂ ਕਿ 6 ਤੋਂ ਲੈ ਕੇ 7000 ਦੇ ਵਿੱਚ ਵਿੱਚ ਜਿਹੜੀ ਇਹਨਾਂ ਦੀ ਕੋਦ ਬਣ ਸਕਦੀ ਹੈ ਬਾਕੀ ਪੂਰਾ ਜਿਹੜਾ ਹੈ ਜੀ ਜਦੋਂ ਤੁਹਾਨੂੰ ਹੁਣ ਖੁੱਦ ਅਗਲੇ ਸਾਲ ਮਿਲੇਗਾ ਫਰਬੂਰੀ ਦੇ ਵਿੱਚ ਉਹੀ ਵਿੱਚ ਹੀ ਪਤਾ ਲੱਗੇਗਾ ਹੁਣ ਧੰਨਵਾਦ ਕਰਦੇ ਹਾਂ ਜੀ ਪ੍ਰੀਤਪਾਲ ਸਿੰਘ ਨਾਉਨ ਇਸ਼ੂ ਅੱਗੇ ਹੈ ਜੀ ਸੁਮਨ XY9 ਜਸਪ੍ਰੀਤ ਸਿੰਘ ਦੇ ਵੱਲ ਮਨੋਜ ਕੁਮਾਰ तो उस जी बाजवा राजू नरेंद्र सिंह जगतार सिंह यूजर ऑफ टू नदीम बोस गुरप्रीत सिंह उस जी सिंह, नेकशा सदेल सूरज अगे है जी परमिंदर सिंह प्रदीप सिंह जशन गेमर अमृत सिंह, तारू बलेती जू के जाफरी कवाल गेजी जी सिंह, जसविंदर कौर रमन चूंबर मीना مینوں ਰਾਜਪوت اگے تانوں ਜਿਹੜਾ ਇਹਨਾਂ ਦਾ ਇੱਕ ਕਮੈਂਟ ਆਇਆ ਜੀ مینوں ਰਾਜਪੂਤ 870 ਇਹਨਾਂ ਨੇ ਕਿਹਾ ਕਿ ਸასიਖਾਲ பாਜੀ ਮੈਨੂੰ 21 ਸਾਲ ਹੋ ਗਏ ਹਨ ਇਟਲੀ ਦੇ ਵਿੱਚ ਹੁਣ ਮੈਂ ਵਾਪਸ ਇੰਡੀਆ ਆ ਗਈ ਹਾਂ 8-9 ਮਹੀਨੇ ਜਿਹੜੇ ਇੰਡੀਆ ਦੇ ਵਿੱਚ ਮੈਨੂੰ ਹੋ ਚੁੱਕੇ ਹਨ ਇਟਲੀ ਨਾਲੋਂ 1000 ਗੁਣਾ ਵਧੀਆ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਇਟਲੀ ਵਿੱਚ ਮੈਂ ਆਪਣੇ 21 ਸਾਲ ਜਿਹੜੇ ਬਰਬਾਦ ਕਰ ਦਿੱਤੇ ਇੰਡੀਆ ਹੁੰਦੇ ਤਾਂ ਬਹੁਤ ਚੰਗਾ ਸੀ ਇਹੀ ਨਾਲ ਹੀ ਜਿਹੜਾ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ